ਅੱਜ ਬੀਜੇਪੀ ਦਾ ਕੈਂਡੀਡੇਟ ਤਰਨਜੀਤ ਸੰਧੂ ਜਿਹਦਾ ਆਪਣਾ ਰਾਮਦਵਾਲੀ ਪਿੰਡ ਜੋਨ ਟਾਹਲੀ ਸਾਹਿਬ ਦੇ ਵਿੱਚ ਪ੍ਰੋਗਰਾਮ ਸੀ ਤੇ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋ ਕੇ ਸਵਾਲਾਂ ਦੇ ਜਵਾਬ ਪੁੱਛਣ ਲਈ ਉਹਨੂੰ ਗਏ ਸੀ, ਪਰ ਤਰਨਜੀਤ ਸੰਧੂ ਨੇ ਗੱਡੀ ਨਹੀਂ ਰੋਕੀ। ਉਹਨਾਂ ਨੇ ਸਵਾਲਾਂ ਦੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਆ ਤੇ ਉੱਥੋਂ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਰਾਮਦਵਾਲੀ ਤੋਂ ਨਿਕਲ ਕੇ ਉਦੋਗੇ ਗਏ ਆ। ਅਸੀਂ ਫਿਰ ਉਦੋਗੇ ਵੀ ਗਏ ਆ, ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਵੀ ਸਾਡੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਵਾ ਦਿਓ, ਪਰ ਉਦੋਗਿਆਂ ਤੋਂ ਵੀ ਤਰਨਜੀਤ ਸੰਧੂ ਨੇ ਕੋਈ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਪ੍ਰਸ਼ਾਸਨ ਦਾ ਕੀ ਰਵੱਈਆ ਰਿਹਾ ਜੀ? ਸਵਾਲਾਂ ਤੋਂ ਇਹ ਭਗੌੜੇ ਹੋਏ ਆ, ਭਗੌੜੇ ਹੋ ਕੇ ਫਿਰ ਇਹ ਟਾਹਲੀ ਸਾਹਿਬ ਆਏ ਆ। ਉਹ ਟਾਹਲੀ ਸਾਹਿਬ ਉੱਥੇ ਵੀ ਆਇਆ, ਟਾਹਲੀ ਸਾਹਿਬ ਤੋਂ ਅੱਗੇ ਫਿਰ ਅਸੀਂ ਬਾਬਾ ਬੁੱਢਾ ਦੇ ਨਜ਼ਦੀਕ ਖੜ੍ਹੇ ਹਾਂ ਜਿੱਥੇ ਕਿ ਜੋਨ ਬਾਬਾ ਬੁੱਢਾ ਸਾਹਿਬ ਜੀ ਦੇ ਕਿਸਾਨ ਮਜ਼ਦੂਰ ਵੀ ਇਕੱਠੇ ਹੋਏ ਆ ਅਤੇ ਉੱਥੇ ਵੀ ਅਸੀਂ ਇਹਨਾਂ ਦਾ ਅਮਨ ਸ਼ਾਂਤੀ ਦੇ ਨਾਲ ਵਿਰੋਧ ਕੀਤਾ ਵਾ, ਪਰ ਉੱਥੇ ਵੀ ਇਹ ਤਰਨਜੀਤ ਸੰਧੂ ਨੇ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਹੋਏ ਰੁਕੇ ਨਹੀਂ। ਦੇਖੋ ਜੀ, ਜੋ ਪ੍ਰਸ਼ਾਸਨ ਦਾ ਰਵੱਈਆ ਵਾ, ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਵੀ ਸਾਡੇ ਨਾਲ ਸਵਾਲਾਂ ਦੇ ਜਵਾਬ ਕਰਾ ਦਿਓ, ਉਹਨਾਂ ਨੂੰ ਕਹੋ, ਪਰ ਉਹਨਾਂ ਨੇ ਸਾਡੇ ਨਾਲ ਸਵਾਲਾਂ ਦੇ ਜਵਾਬ ਸਵਾਲ ਜਵਾਬ ਨਹੀਂ ਕਰਾਏ। ਅੱਜ ਬੀਜੇਪੀ ਦਾ ਕੈਂਡੀਡੇਟ ਤਰਨਜੀਤ ਸੰਧੂ ਜਿਹਦਾ ਆਪਣਾ ਰਾਮਦਵਾਲੀ ਪਿੰਡ ਜੋਨ ਟਾਹਲੀ ਸਾਹਿਬ ਦੇ ਵਿੱਚ ਪ੍ਰੋਗਰਾਮ ਸੀ ਤੇ ਕਿਸਾਨ ਮਜ਼ਦੂਰ ਉੱਥੇ ਇਕੱਠੇ ਹੋ ਕੇ ਸਵਾਲਾਂ ਦੇ ਜਵਾਬ ਪੁੱਛਣ ਲਈ ਉਹਨੂੰ ਗਏ ਸੀ, ਪਰ ਤਰਨਜੀਤ ਸੰਧੂ ਨੇ ਗੱਡੀ ਨਹੀਂ ਰੋਕੀ। ਉਹਨਾਂ ਨੇ ਸਵਾਲਾਂ ਦੇ ਜਵਾਬ ਕੋਈ ਸਾਨੂੰ ਦਿੱਤਾ ਨਹੀਂ ਆ ਅਤੇ ਉੱਥੋਂ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਰਾਮਦਵਾਲੀ ਤੋਂ ਨਿਕਲ ਕੇ ਉਦੋਗੇ ਗਏ ਆ। ਅਸੀਂ ਫਿਰ ਉਦੋਗੇ ਵੀ ਗਏ ਆ, ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਵੀ ਸਾਡੇ ਸਵਾਲਾਂ ਦੇ ਜਵਾਬ ਇਹਨਾਂ ਤੋਂ ਦਵਾ ਦਿਓ, ਪਰ ਉਦੋਗਿਆਂ ਤੋਂ ਵੀ ਤਰਨਜੀਤ ਸੰਧੂ ਨੇ ਕੋਈ ਸਵਾਲਾਂ ਦਾ ਜਵਾਬ ਪ੍ਰਸ਼ਾਸਨ ਦਾ ਕੀ ਰਵੱਈਆ ਰਿਹਾ ਜੀ? ਸਵਾਲਾਂ ਤੋਂ ਇਹ ਭਗੌੜੇ ਹੋਏ ਆ, ਭਗੌੜੇ ਹੋ ਕੇ ਫਿਰ ਇਹ ਟਾਹਲੀ ਸਾਹਿਬ ਆਏ ਆ। ਉਹ ਟਾਹਲੀ ਸਾਹਿਬ ਉੱਥੇ ਵੀ ਆਇਆ, ਟਾਹਲੀ ਸਾਹਿਬ ਤੋਂ ਅੱਗੇ ਫਿਰ ਅਸੀਂ ਬਾਬਾ ਬੁੱਢਾ ਦੇ ਨਜ਼ਦੀਕ ਖੜ੍ਹੇ ਹਾਂ ਜਿੱਥੇ ਕਿ ਜੋਨ ਬਾਬਾ ਬੁੱਢਾ ਸਾਹਿਬ ਜੀ ਦੇ ਕਿਸਾਨ ਮਜ਼ਦੂਰ ਵੀ ਇਕੱਠੇ ਹੋਏ ਆ ਅਤੇ ਉੱਥੇ ਵੀ ਅਸੀਂ ਇਹਨਾਂ ਦਾ ਅਮਨ ਸ਼ਾਂਤੀ ਦੇ ਨਾਲ ਵਿਰੋਧ ਕੀਤਾ ਵਾ, ਪਰ ਉੱਥੇ ਵੀ ਇਹ ਤਰਨਜੀਤ ਸੰਧੂ ਨੇ ਰੁਕਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਹੋਏ ਰੁਕੇ ਨਹੀਂ। ਦੇਖੋ ਜੀ, ਜੋ ਪ੍ਰਸ਼ਾਸਨ ਦਾ ਰਵੱਈਆ ਵਾ, ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਵੀ ਸਾਡੇ ਨਾਲ ਸਵਾਲਾਂ ਦੇ ਜਵਾਬ ਕਰਾ ਦਿਓ, ਉਹਨਾਂ ਨੂੰ ਕਹੋ, ਪਰ ਉਹਨਾਂ ਨੇ ਸਾਡੇ ਨਾਲ ਸਵਾਲਾਂ ਦੇ ਜਵਾਬ ਸਵਾਲ ਜਵਾਬ ਨਹੀਂ ਕਰਾਏ।